ਪਿਆਰੇ ਦਰਸ਼ਕੋ, ਧਮਕ ਪੰਜਾਬ ਦੀ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਪੰਜਾਬ ਦੇ ਲੋਕ ਗਾਇਕਾਂ ਦੀ ਮੁਲਾਕਾਤ ਦੇ ਵਿੱਚ ਲੈ ਕੇ ਚੱਲੇ ਹਾਂ। ਅੱਜ ਸਾਡੇ ਨਵੇਂ ਸਿੰਗਰ ਬਹੁਤ ਹੀ ਵਧੀਆ ਬੀਬੀ ਰਾਜਵਿੰਦਰ ਕੌਰ ਪਟਿਆਲਾ ਜਿਹੜੇ ਸਾਡੇ ਨਾਲ ਨੇ, ਅੱਜ ਸਾਡੇ ਇੱਥੇ ਸਟੂਡੀਓ 'ਚ ਆਏ ਨੇ। ਅਸੀਂ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ, ਤੁਹਾਨੂੰ ਦਿਖਾਵਾਂਗੇ ਅਤੇ ਤੁਹਾਡੇ ਜਿਹੜੇ ਮਨਾਂ ਦੇ ਵਿੱਚ ਬੁਲਬੁਲੇ ਨੇ ਜਾਂ ਸਵਾਲ ਉੱਠਦੇ ਨੇ ਉਹਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ। ਰਾਜਵਿੰਦਰ ਕੌਰ ਜੀ, ਅਸੀਂ DPD ਚੈਨਲ ਦੇ ਸਮੂਹ ਦਰਸ਼ਕਾਂ ਦੇ ਲਈ ਤੁਹਾਨੂੰ ਲੈ ਕੇ ਆਏ ਹਾਂ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ? ਸਭ ਤੋਂ ਪਹਿਲਾਂ ਤਾਂ ਮੇਰੇ ਜਿੰਨੇ ਵੀ ਸਰੋਤੇ ਇੰਟਰਵਿਊ ਦੇਖ ਰਹੇ ਉਹਨਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਤੁਹਾਡਾ ਵੀਰ ਜੀ, ਥੈਂਕਸ ਕਹਿੰਦੀ ਹਾਂ ਤੁਹਾਨੂੰ, ਤੁਸੀਂ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ, ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ। ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੇ ਆਪਣੇ ਸਰੋਤਿਆਂ ਨੂੰ ਆਪਣੇ ਪਿਛੋਕੜ ਬਾਰੇ ਦੱਸੋ। ਮੇਰਾ ਪਿਛੋਕੜ, ਮੇਰਾ ਪੇਕਾ ਪਿੰਡ ਹੈਗਾ ਸੰਗਰੂਰ 'ਚ ਪੈਂਦਾ ਜੀ। ਅੱਜ ਕੱਲ੍ਹ ਅਸੀਂ ਪਟਿਆਲਾ ਰਹਿੰਦੇ ਹਾਂ ਅਤੇ ਛੋਟੇ ਹੁੰਦਿਆਂ ਤੋਂ ਮੈਨੂੰ ਗਾਉਣ ਦਾ ਸ਼ੌਕ ਸੀਗਾ, ਹੈ ਨਾ। ਅਤੇ ਪਿਛੋਕੜ ਬਸ ਦੋ ਭੈਣ ਭਾਈਆਂ ਸੀ, ਅੱਜ ਕੱਲ੍ਹ ਪਟਿਆਲਾ ਰਹਿ ਰਿਹਾ ਮੈਂ। ਤੁਸੀਂ ਆਪਣੇ ਪਿੰਡ ਦੀ ਗੱਲ ਕੀਤੀ ਆ ਅਤੇ ਤੁਸੀਂ ਆਪਣਾ ਪਿੰਡ ਦਾ ਨਾਮ ਅਤੇ ਸ਼ਹਿਰ ਦਾ ਨਾਮ ਦੱਸੋਗੇ? ਹਾਂਜੀ, ਪਿੰਡ ਮੇਰਾ ਜੀ ਸੁਨਾਮ ਦੇ ਨੇੜੇ, ਪਿੰਡ ਗੰਡੂਆ। ਇਹ ਗਾਉਣ ਦਾ ਸ਼ੌਕ ਤੁਹਾਨੂੰ ਕਦੋਂ ਤੇ ਕਿਹਨਾਂ ਨੂੰ ਦੇਖ ਕੇ ਸਟਾਰਟ ਹੋਇਆ? ਮੈਨੂੰ ਛੋਟੀ ਉਮਰ ਤੋਂ ਹੀ ਸ਼ੌਕ ਸੀਗਾ ਦੀਦੀ ਰਣਜੀਤ ਕੌਰ ਅਤੇ ਸ਼੍ਰੀ ਮੁਹੰਮਦ ਸਦੀਕ ਸਾਹਿਬ ਨੂੰ ਦੇਖ ਦੇਖ ਕੇ, ਕਿਉਂਕਿ ਉਹ ਸਾਡੇ ਪਿੰਡ ਇੱਕ ਵਾਰੀ ਅਖਾੜਾ ਲਾਉਣ ਗਏ ਸੀਗੇ। ਮੈਂ ਉਹਨਾਂ ਨੂੰ ਦੇਖ ਕੇ, ਮੈਨੂੰ ਵੀ ਲੱਗਿਆ ਵੀ ਕਦੇ ਮੈਂ ਸਟੇਜ 'ਤੇ ਗਾ ਲਾਂਗੀ, ਵੀ ਉਹਨਾਂ ਨੂੰ ਦੇਖ ਕੇ ਮੈਨੂੰ ਸ਼ੌਕ ਜਾਗਿਆ ਜੀ। ਠੀਕ ਹੈ ਜੀ, ਅਤੇ ਤੁਹਾਨੂੰ ਉੱਥੋਂ ਸ਼ੌਕ ਪਿਆ, ਜਿਹੜਾ ਇਹ ਸ਼ੌਕ ਹੈ ਜੀ ਗਾਇਕੀ ਦਾ ਸ਼ੌਕ ਆ, ਕਿਉਂਕਿ ਸਾਡੇ ਜੋ ਪੰਜਾਬ ਦੇ ਵਿੱਚ ਆ, ਸਾਡੀ ਹੁਣ ਤਾਂ ਚਲੋ ਸੋਚ ਬਦਲ ਜਾਂਦੀ ਆ, ਅੱਗੇ ਪਹਿਲਾਂ ਸੋਚ ਸੀਗੀ ਜੋ ਬਜ਼ੁਰਗਾਂ ਦੀ ਸੋਚ ਸੀਗੀ ਕਿ ਇੱਕ ਸਾਡੀਆਂ ਬਹੂ ਬੇਟੀਆਂ ਵਾਸਤੇ ਸਾਡੀ ਥੋੜ੍ਹੀ ਜਿਹੀ ਪਾਬੰਦੀ ਸ਼ੁਦਾ ਸੀਗਾ ਵੀ ਅਸੀਂ ਸਟੇਜ 'ਤੇ ਗਾਣ ਨਹੀਂ ਦਿੰਦੇ ਜਾਂ ਚੜ੍ਹਨ ਨਹੀਂ ਦਿੰਦੇ, ਉਹਨਾਂ ਵਾਲੇ ਕੀ ਵਿਚਾਰ ਸੀਗੇ ਤੁਹਾਡੇ ਘਰਦਿਆਂ ਦੇ? ਜਦੋਂ ਮੈਂ ਅਨਮੈਰਿਡ ਸੀ, ਮੈਨੂੰ ਵੀ ਨਹੀਂ ਸੀ ਇਹ ਵੀ ਮੇਰੇ ਪੇਰੈਂਟਸ ਨਹੀਂ ਅਲਾਊਡ ਨਹੀਂ ਕਰਦੇ ਸੀ ਕਿ ਮੈਂ ਗਾਵਾਂ। ਮੈਰਿਜ ਤੋਂ ਬਾਅਦ ਹੀ ਮੇਰੇ ਹਸਬੈਂਡ ਨੇ, ਅਸੀਂ ਆਪਸ ਮੈਂ ਚਲੋ ਉਹਨਾਂ ਨੂੰ ਮੇਰੀ ਆਵਾਜ਼ ਪਸੰਦ ਸੀ ਕਿ ਮੇਰੇ ਹਸਬੈਂਡ ਨੇ ਮੈਨੂੰ ਇਸ ਲਾਈਨ 'ਚ ਪਾਇਆ ਜੀ। ਅਤੇ ਤੁਸੀਂ ਕਿੱਥੇ ਤੱਕ ਪੜ੍ਹੇ ਹੋ? ਮੈਂ ਜੀ ਗਿਆਨੀ ਕੀਤੀ ਹੋਈ ਹੈ। ਅੱਛਾ ਜੀ, ਉਹ ਪਿਆਰੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਗਿਆਨੀ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਸੀਗੀ, ਕਿਉਂਕਿ ਉਹਨੂੰ ਗਿਆਨੀ ਤੋਂ ਬਾਅਦ ਇੱਕ ਟੀਚਰ ਰੱਖਿਆ ਜਾਂਦਾ ਸੀਗਾ ਪੰਜਾਬੀ ਦਾ। ਪੰਜਾਬੀ ਦੀ ਸ਼ੁੱਧ ਭਾਸ਼ਾ 'ਚ ਪਹਿਲਾਂ ਗਿਆਨੀ ਹੁੰਦੀ ਸੀਗੀ, ਅਤੇ ਅੱਜ ਕੱਲ੍ਹ ਜਿਵੇਂ MA ਹੋ ਜਾਂਦੀ ਹੈ, ਜੋ ਗਿਆਨੀ ਕਰ ਲੈਂਦਾ ਸੀ ਉਹਨੂੰ ਕਿਹਾ ਜਾਂਦਾ ਸੀ ਕਿ MA ਤਾਂ ਵੈਸੇ ਹੀ ਹੋ ਜਾਂਦੀ ਆ ਉਹਦੀ। ਚਲੋ ਵਕਤ ਦੇ ਨਾਲ ਉਹ ਬੰਦ ਹੋ ਚੁੱਕੀ, ਪਰ ਹੁਣ ਮੈਂ ਦੂਜੇ ਪਾਸੇ ਨੂੰ ਆਉਣਾ ਅਤੇ ਤੁਸੀਂ ਕਿਹੜੇ ਕਿਹੜੇ ਗਾਇਕਾਂ ਨਾਲ ਗਾਇਆ? ਸਭ ਤੋਂ ਪਹਿਲਾਂ ਤਾਂ ਮੇਰੀ ਨੰਬਰ 1 ਆਕੜਾਂ 'ਚ ਕੀ ਰੱਖਿਆ ਟੇਪ ਆਈ ਸੀ, ਭਗਵਾਨ ਹਾਂਸ ਸੰਗਰੂਰ ਦੇ ਟੀਚਰ ਸੀਗੇ ਉਹ। ਉਸ ਦੇ ਨਾਲ ਹੀ ਬਠਿੰਡੇ ਦਾ ਸੀਗਾ ਇੱਕ ਮੁੰਡਾ ਰਾਜਾ ਸਿੱਧੂ।
ਉਹਦੇ ਨਾਲ ਮੈਂ ਗਾਇਆ, 7-8 ਕੈਸਟਾਂ ਮੇਰੀਆਂ ਉਸ ਮੁੰਡੇ ਨਾਲ ਆਈਆਂ। ਹੁਣ ਸਾਡੀ ਜੋੜੀ ਜਸਵੰਤ ਪੱਪੂ ਮੇਰੇ ਨਾਲ ਗਾ ਰਿਹਾ ਜੀ। ਤੇ ਜਿੱਦਾਂ ਤੁਸੀਂ ਦੱਸਿਆ ਸੀ ਵੀ ਆਕੜਾਂ 'ਚ ਕੀ ਰੱਖਿਆ, ਜਿਹੜਾ ਇਹ ਗਾਇਕ ਸੀਗੇ ਤੁਸੀਂ ਉਹਨਾਂ ਦੇ ਨਾਲੋਂ ਫਿਰ ਰਾਜਾ ਸਿੱਧੂ ਵੱਲ ਕਿਵੇਂ ਆਏ? ਰਾਜਾ ਸਿੱਧੂ, ਕਿਉਂਕਿ ਜਿਹੜੀ ਮੇਰੀ ਗਾਇਕੀ ਸੀ ਜੀ ਉਹ ਦੀਦੀ ਰਣਜੀਤ ਕੌਰ ਨਾਲ ਮੇਲ ਖਾਂਦੀ ਸੀ। ਰਾਜਾ ਸਿੱਧੂ ਨੇ ਕਿਤੇ ਮੇਰੀ ਆਵਾਜ਼ ਸੁਣੀ ਹੋਣੀ ਆ, ਉਹ ਸਾਡੇ ਘਰ ਆਇਆ ਅਤੇ ਅਸੀਂ ਕੈਸਟ ਕਰਾ ਤੇ ਨਰਮ ਸੁਭਾਅ ਦਾ ਮਾਹੀ, ਉਹਦੇ 2 ਬੋਲ ਮੈਂ ਜ਼ਰੂਰ ਕਹੂੰਗੀ ਕਿਉਂਕਿ ਉਸ ਟੇਪ ਨੇ ਮੇਰਾ ਨਾਮ ਥੋੜ੍ਹਾ ਜਿਹਾ ਨਾ ਜੀ ਲੋਕਾਂ 'ਚ ਆਇਆ ਉਸ ਟੇਪ ਨਾਲ। ਉਹ ਸੀਗਾ, ਮੈਂ ਕੁੜੀਆਂ ਵਿੱਚ ਕਹਾਉਂਦੀ ਸੀ ਮਨ ਚਾਹੀ ਚੀਜ਼ ਹੰਡਾਉਂਦੀ ਸੀ, ਮੈਨੂੰ ਕੱਖੋਂ ਹੌਲੀ ਕਰ ਛੱਡਿਆ ਵੇ ਬਸ ਇੱਕੋ ਗੱਲ ਦੇ ਪਾਲੇ ਨੇ, ਕੁੜੀਆਂ ਵਿੱਚ ਟੌਰ ਕਟਾ ਦਿੱਤੀ ਮੇਰੀ ਤੇਰੇ ਵੇ ਰੰਗ ਕਾਲੇ ਨੇ। ਕੁੜੀਆਂ ਵਿੱਚ ਕਹਾਉਂਦੀ ਸੀ ਮਨ ਚਾਹੀ ਚੀਜ਼ ਹੰਡਾਉਂਦੀ ਸੀ, ਮੈਨੂੰ ਕੱਖੋਂ ਹੌਲੀ ਕਰ ਛੱਡਿਆ ਵੇ ਬਸ ਇੱਕੋ ਗੱਲ ਦੇ ਪਾਲੇ ਨੇ,
ਇਹ ਟਿਪ ਮੇਰੀ ਸੀਗੀ। ਉਸ ਤੋਂ ਬਾਅਦ ਅਸੀਂ ਰੈਗੂਲਰ ਗਾਇਆ, 7-8 ਕੈਸਟਾਂ ਮੇਰੀਆਂ ਉਸ ਮੁੰਡੇ ਨਾਲ ਆਈਆਂ ਅਤੇ ਹੁਣ ਜਸਵੰਤ ਪੱਪੂ ਨਾਲ ਅਸੀਂ ਗਾ ਰਹੇ ਹਾਂ। ਅਤੇ ਤੁਸੀਂ ਕਿਹਨਾਂ ਕਿਹਨਾਂ ਦੇ ਮਿਊਜ਼ਿਕ ਦੇ ਵਿੱਚ ਗਾਇਆ? ਸਭ ਤੋਂ ਪਹਿਲਾਂ ਜਿਹੜੀ ਮੇਰੀ ਟੇਪ ਆਈ ਸੀ, 2 ਟੇਪ ਮੇਰੀ ਆਈਆਂ ਨੇ ਅਲੀ ਅਕਬਰ ਦੇ ਮਿਊਜ਼ਿਕ ਦੇ ਵਿੱਚ, ਉਸ ਤੋਂ ਬਾਅਦ ਅਤਲ ਜਵਾਏ ਦੇ ਮਿਊਜ਼ਿਕ ਦੇ ਵਿੱਚ ਗਾਇਆ ਮੈਂ, ਸਚਿਨ ਔਜਾ ਦੇ ਮਿਊਜ਼ਿਕ ਦੇ ਵਿੱਚ ਗਾਇਆ ਮੈਂ, ਲਾਲ ਕਮਲ ਦੇ ਮਿਊਜ਼ਿਕ ਦੇ ਵਿੱਚ ਗਾਇਆ ਮੈਂ। ਹਾਂਜੀ, ਆਹੀ ਨੇ ਮੇਰੇ ਖਿਆਲ 'ਚ। ਜਿੱਦਾਂ ਤੁਸੀਂ ਅਤੁਲ ਜੁਆਏ ਦੇ, ਲਾਲ ਕਮਲ ਦੇ ਅਤੇ ਸਚਿਨ ਔਜਾ ਜੀ ਦੇ, ਇਹਨਾਂ ਦੇ ਮਿਊਜ਼ਿਕਾਂ ਦੇ ਵਿੱਚ ਗਾਇਆ, ਤੁਹਾਨੂੰ ਇਹਨਾਂ ਦੇ ਨਾਲ ਜ਼ਿਆਦਾ ਵਿਚਰਨ ਦਾ ਵੀ ਟਾਈਮ ਮਿਲਿਆ, ਅਤੇ ਤੁਹਾਨੂੰ ਕਿੱਦਾਂ ਲੱਗਿਆ ਵੀ ਇਹਨਾਂ ਦੇ ਵਿੱਚੋਂ ਕਿਹੜੇ ਸੰਗੀਤਕਾਰ ਵਧੀਆ ਲੱਗੇ ਤੁਹਾਨੂੰ? ਮੈਨੂੰ ਤਾਂ ਜੀ ਸਾਰੇ ਵਧੀਆ ਲੱਗੇ। ਕਦੇ ਡਬਿੰਗ ਕਰਨ ਲੱਗੇ ਕੋਈ ਕਿਸੇ ਪਾਸੇ ਤੋਂ ਕੋਈ ਪ੍ਰੋਬਲਮ ਆਈ? ਕਦੇ ਨਹੀਂ ਜੀ ਆਈ ਮੈਨੂੰ, ਮੈਂ ਸਗੋਂ ਮੈਨੂੰ ਤਾਂ ਇਹ ਲੱਗਦਾ ਮੈਨੂੰ ਤਾਂ ਸ਼ਾਬਾਸ਼ ਦਿੰਦੇ ਰਹੇ ਆ ਵੀ ਮੈਡਮ ਕਿਆ ਬਾਤ ਹੈ, ਕਿਆ ਬਾਤ ਹੈ। ਤੇ ਤੁਹਾਡੇ ਜਿਹੜੇ ਹਿੱਟ ਗੀਤ ਨੇ, ਮੈਨੂੰ ਹਿੱਟ ਗੀਤਾਂ ਬਾਰੇ ਜਰਾ ਦੱਸੋਗੇ? ਵੈਸੇ ਤਾਂ ਮੇਰੇ ਸਾਰੇ ਹਿੱਟ ਨੇ ਜੀ ਲੋਕ, ਕਿਉਂਕਿ ਮੈਂ ਪਰਿਵਾਰਕ ਗਾਇਆ, ਜਿੰਨਾ ਕੁ ਵੀ ਗਾਇਆ ਅੱਜ ਤੱਕ ਕੋਈ ਇਹੋ ਜਿਹਾ ਗੀਤ ਹੈ ਨਹੀਂ ਜਿਹਨੂੰ ਲੋਕ ਪਸੰਦ ਨਾ ਕਰਦੇ ਹੋਣ, ਪਰ ਜਿਹੜਾ ਮੇਰਾ ਫੇਵਰੇਟ ਹੈ ਉਹ ਨੰਬਰ 1 ਜਿਹੜਾ ਤੁਹਾਨੂੰ ਸੁਣਾ ਚੁੱਕੀ ਹਾਂ, ਨਰਮ ਸੁਭਾਅ ਦਾ ਮਾਹੀ, ਉਹ ਵੀ ਮੇਰਾ ਫੇਵਰੇਟ ਸੌਂਗ ਹੈ। ਇੱਕ ਮੇਰਾ ਹੁਣ ਵੋਟ ਟੇਪ ਦੇ ਵਿੱਚ ਆਇਆ ਅੰਨਦਾਤਾ ਦੁਨੀਆ ਦਾ ਵੀ ਲੋਕੋ ਦੱਸ ਕਿੱਧਰ ਨੂੰ ਜਾਵੇ, ਉਹ ਮੇਰਾ ਬਹੁਤ ਫੇਵਰੇਟ ਹੈ ਕਿਉਂਕਿ ਮੇਰੇ ਸਰੋਤੇ ਜਿਹੜੇ ਕਿਸਾਨਾਂ ਨਾਲ ਆਪਾਂ ਜੁੜੇ ਹੋਏ ਹਾਂ, ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਮੈਨੂੰ ਇਸ ਗੀਤ 'ਤੇ ਪਿਆਰ ਦਿੰਦੇ ਨੇ, ਮੇਰਾ ਹਿੱਟ ਗੀਤ ਹੈ। ਜਿੱਦਾਂ ਤੁਸੀਂ ਗੀਤ ਗਾਇਆ ਕਿਸਾਨਾਂ ਲਈ ਗਾਇਆ, ਅਤੇ ਮੈਂ ਤੁਹਾਡੇ ਤੋਂ ਇੱਦਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਜਿੱਦਾਂ ਜੱਟ ਫੈਮਿਲੀ ਆ ਉਹਦੇ ਨਾਲ ਬਿਲੋਂਗ ਕਰਦੇ ਹੋ? ਹਾਂਜੀ, ਮੈਂ ਜੱਟਾਂ ਦੀ ਕੁੜੀ ਹਾਂ ਅਤੇ ਤਾਂ ਕਰਕੇ ਮੈਂ ਕਿਸਾਨਾਂ ਦਾ ਗੀਤ ਗਾਇਆ। ਮੈਨੂੰ ਪਤਾ ਹੈ ਕਿਸਾਨਾਂ ਦੇ ਹਾਲਾਤਾਂ ਦਾ, ਉਸ ਹਾਲਾਤ ਨੂੰ ਬਿਆਨ ਕਰਦਾ ਇਹ ਗੀਤ ਹੈ, ਉਹਦੇ ਮੈਂ 2 ਲਾਈਨਾਂ ਜ਼ਰੂਰ ਸਾਂਝੀਆਂ ਕਰੂੰਗੀ। ਅੰਨ ਪੈਦਾ ਕਰਦੇ ਜੋ ਢਿੱਡੋ ਆਪ ਹੈ ਭੁੱਖਾ ਰਹਿੰਦਾ, ਮਿੱਟੀ ਨਾਲ ਮਿੱਟੀ ਹੋ ਫਿਰ ਵੀ ਸਿਰੋਂ ਨਾ ਕਰਜ਼ਾ ਲੈਂਦਾ, ਤੰਗ ਆ ਕੇ ਕਰਜ਼ੇ ਤੋਂ ਪੱਕਿਆ